ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰਡ ਟ੍ਰੀਵੋ। ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਹਾਂ ਕਿ ਆਸਟ੍ਰੇਲੀਆ ਦਾ ਕੀ ਸਿਨੈਰੀਓ ਚੱਲ ਰਿਹਾ, ਕੀ ਅਪਡੇਟ ਚੱਲ ਰਹੇ ਨੇ, ਕੀ ਵੀਜ਼ਾ ਆ ਰਹੇ ਨੇ ਕਿ ਨਹੀਂ ਆ ਰਹੇ। ਅਤੇ ਇੱਕ ਸਾਡੇ ਕੋਲ ਰੀਸੈਂਟ ਵੀਜ਼ਾ ਹੈ ਆਸਟ੍ਰੇਲੀਆ ਦਾ ਹੀ, ਜਿਹੜਾ ਕਿ ਅਪਰੂਵ ਹੋ ਕੇ ਆਇਆ। ਜੇ ਤੁਹਾਡਾ ਪਲਾਨ ਹੈ ਆਸਟ੍ਰੇਲੀਆ ਟਰੈਵਲ ਕਰਨ ਦਾ, ਦੈਨ ਤੁਸੀਂ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਜਿਹੜਾ ਅੱਜ ਦੀ ਡੇਟ 'ਚ ਅਪਲਾਈ ਤੁਹਾਨੂੰ ਕਰ ਲੈਣਾ ਚਾਹੀਦਾ, ਕਿਉਂਕਿ ਜਦੋਂ ਵੀਜ਼ਾ ਸਟਾਰਟ ਹੁੰਦੇ ਨੇ ਦੈਨ ਤੁਹਾਡੇ ਵੀਜ਼ਾ ਸਕਸੈਸ ਰੇਟ ਜਿਹੜੀ ਹੈ ਜ਼ਿਆਦਾ ਵਧੀਆ ਰਹਿੰਦੀ ਹੈ। ਅਤੇ 2024 ਸਟਾਰਟ ਹੋਇਆ ਆਸਟ੍ਰੇਲੀਆ ਦੇ ਵਿੱਚ, ਹੁਣ ਚਾਂਸ ਨੇ ਵੀਜ਼ਾ ਲੈਣ ਦੇ, ਅਤੇ ਤੁਹਾਡਾ ਪਲਾਨ ਵੀ ਹੈ ਜੇ ਆਸਟ੍ਰੇਲੀਆ 'ਚ ਅਪਲਾਈ ਕਰਨ ਦਾ, ਤਾਂ ਤੁਹਾਡੇ ਲਈ ਇੱਕ ਠੀਕ ਟਾਈਮ ਹੈ। ਇਹ ਨਾ ਹੋਵੇ ਕਿ ਤੁਸੀਂ ਬਹੁਤ ਲੇਟ ਹੋਵੋ, ਤੁਸੀਂ ਜਦੋਂ ਅਪਲਾਈ ਕਰੋ ਉਸ ਟਾਈਮ ਟਰੈਂਡ ਜਿਹੜਾ ਜਾ ਚੁੱਕਿਆ ਹੋਵੇ, ਜ਼ਿਆਦਾ ਰਸ਼ ਹੋ ਚੁੱਕਿਆ ਹੋਵੇ। ਕਿਉਂਕਿ ਹਮੇਸ਼ਾ ਆਸਟ੍ਰੇਲੀਆ 'ਚ ਇਹੀ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਵੀਜ਼ਾ ਸਟਾਰਟ ਹੁੰਦੇ ਨੇ, ਜਦੋਂ ਵੀਜ਼ਾ ਦੇਣੀ ਅੰਬੈਸੀ ਸ਼ੁਰੂ ਕਰਦੀ ਹੈ, ਉਸ ਟਾਈਮ ਅਸੀਂ ਜਿਹੜੇ ਆ ਵੀਜ਼ਾ ਜਿਹੜੇ ਆ ਅਪਲਾਈ ਨਹੀਂ ਕਰਦੇ। ਬਟ ਜਦੋਂ ਵੀਜ਼ਾ ਆਲਮੋਸਟ ਕਾਫੀ ਜਣਿਆਂ ਨੂੰ ਮਿਲ ਚੁੱਕਿਆ ਹੁੰਦਾ, ਉਦੋਂ ਅਸੀਂ ਅਪਲਾਈ ਕਰਨ ਜਾਂਦੇ ਹਾਂ, ਤਾਂ ਉਸ ਟਾਈਮ ਕਈ ਵਾਰ ਕੀ ਹੁੰਦਾ ਕਿ ਵੀਜ਼ਾ ਨਹੀਂ ਮਿਲਦੇ। ਅਤੇ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਸਮਰ ਚੱਲ ਰਹੀ ਹੈ, ਇਸ ਟਾਈਮ ਵੀਜ਼ਾ ਰਿਜ਼ਲਟ ਜ਼ਿਆਦਾ ਪੋਜ਼ਿਟਿਵ ਦੇਖਣ ਦੇ ਚਾਂਸ ਜਿਹੜੇ ਨੇ ਉਹ ਹੈਗੇ ਨੇ। ਇਸ ਟਾਈਮ ਹਾਈ ਚਾਂਸ ਨੇ ਕਿ ਵੀਜ਼ਾ ਆਲਮੋਸਟ ਕਾਫੀ ਜਣਿਆਂ ਨੂੰ ਮਿਲੇਗਾ, ਅਤੇ ਤੁਹਾਡੇ ਵੀ ਕੋਲ ਵੀ ਵੀਜ਼ਾ ਦੇ ਚਾਂਸ ਹੈਗੇ ਨੇ। ਜੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ, ਤੁਹਾਡੇ ਕੋਲ ਇਨਕਮ ਪਰੂਫ ਪ੍ਰੋਪਰ ਹੈ ਨੇ, ਤੁਹਾਡੇ ਕੋਲ ਫੰਡਸ ਹੈਗੇ ਨੇ, ITR ਤੁਸੀਂ ਰੈਗੂਲਰ ਪੇ ਕਰ ਰਹੇ ਹੋ, ਦੈਨ ਤੁਹਾਨੂੰ ਆਸਟ੍ਰੇਲੀਆ ਜ਼ਰੂਰ ਅਪਲਾਈ ਕਰਨਾ ਚਾਹੀਦਾ। ਕਿਉਂਕਿ ਆਸਟ੍ਰੇਲੀਆ ਅਪਲਾਈ ਕਰਦੇ ਹੋ ਦੈਨ ਤੁਹਾਡੇ ਵੀਜ਼ਾ ਦੇ ਚਾਂਸ ਹਾਈ ਤੁਹਾਨੂੰ ਵੇਖਣ ਨੂੰ ਉੱਥੇ ਮਿਲਣਗੇ। ਇਸ ਦੇ ਨਾਲ ਜੇ ਫੰਡਸ ਦੀ ਗੱਲ ਕਰੀਏ, ਫੰਡਸ ਤੁਹਾਨੂੰ ਐਟਲੀਸਟ 6 ਲੱਖ ਰੁਪਏ ਜ਼ਰੂਰ ਦਿਖਾਉਣੇ ਚਾਹੀਦੇ ਜੇ ਤੁਸੀਂ ਇਕੱਲੇ ਟਰੈਵਲ ਕਰ ਰਹੇ ਹੋ। ਜੇ ਤੁਹਾਡੀ ਵਾਈਫ ਜਾਂ ਸਪਾਊਸ ਨਾਲ ਤੁਹਾਡੇ ਟਰੈਵਲ ਕਰ ਰਿਹਾ, ਦੈਨ ਤੁਹਾਡੇ ਕੋਲ 8 ਤੋਂ 9 ਲੱਖ ਦੀ ਫੰਡਿੰਗ ਹੋਵੇ। ਜੇ ਤੁਹਾਡੇ ਬੱਚੇ ਟਰੈਵਲ ਕਰ ਰਹੇ ਨੇ ਨਾਲ, ਦੈਨ ਤੁਹਾਡੇ 10 ਤੋਂ 12 ਲੱਖ ਦੀ ਫੰਡਿੰਗ ਸ਼ੋਅ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਫੰਡਸ ਜ਼ਿਆਦਾ ਹੋਣਗੇ, ਤੁਹਾਡੇ ਕੋਲ ਟਰੈਵਲ ਐਕਸਪੈਂਸ ਪੂਰੇ ਹੋਣਗੇ, ਤੁਹਾਡੇ ਫਾਈਨੈਂਸ਼ੀਅਲ ਜਿਹੜੇ ਸਟੇਟਸ ਹੈ, ਫਾਈਨੈਂਸ਼ੀਅਲ ਟਾਈਜ਼ ਨੇ ਇੰਡੀਆ ਦੇ ਨਾਲ, ਉਹ ਜ਼ਿਆਦਾ ਸਟਰੋਂਗ ਅਤੇ ਵੈਲਿਡ ਉਹਦੇ 'ਚ ਸ਼ੋਅ ਹੋਣਗੇ, ਜਿਹਦੇ ਨਾਲ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਹਾਈ ਹੋ ਜਾਣਗੇ। ਅਤੇ ਇਸ ਤਰੀਕੇ ਨਾਲ ਆਪਣੇ ਡਾਕੂਮੈਂਟ ਕੰਪਲੀਟ ਕਰੋ। ਜੇ ਤੁਹਾਡੀ ਐਲੀਜੀਬਿਲਟੀ ਬਣਦੀ ਹੈ, ਦੈਨ ਤੁਹਾਨੂੰ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਜ਼ਰੂਰ ਅਪਲਾਈ ਕਰਨਾ ਚਾਹੀਦਾ। ਅਤੇ ਇਸ ਟਾਈਮ ਜੋ ਰਿਜ਼ਲਟਸ ਨੇ ਉਹਦੇ ਅਕੋਰਡਿੰਗਲੀ ਮੈਂ ਤੁਹਾਨੂੰ ਸੁਜੈਸਟ ਕਰ ਰਿਹਾ ਕਿ ਆਸਟ੍ਰੇਲੀਆ ਜ਼ਰੂਰ ਅਪਲਾਈ ਕਰੋ, ਉਹਦੇ ਨਾਲ ਤੁਹਾਨੂੰ ਵਧੀਆ ਰਿਜ਼ਲਟ ਆਉਣ ਵਾਲੇ ਟਾਈਮ 'ਚ ਵੇਖਣ ਨੂੰ ਮਿਲਣਗੇ। ਕਿਉਂਕਿ ਹੁਣ ਵੀਜ਼ਾ ਦੇਣੇ ਜੇ ਅੰਬੈਸੀ ਸਟਾਰਟ ਕਰ ਰਹੀ ਹੈ, ਤਾਂ ਸਟਾਰਟਿੰਗ ਦੇ ਵਿੱਚ ਰਿਜ਼ਲਟ ਜਿਹੜੇ ਆ ਜ਼ਿਆਦਾ ਵਧੀਆ ਹੋਣਗੇ। ਆਉਣ ਵਾਲੇ ਟਾਈਮ 'ਚ ਹੋ ਸਕਦਾ ਕਿ ਵੀਜ਼ਾ ਰਿਜ਼ਲਟ ਜਿਹੜੇ ਆ ਫਿਰ ਨਾ ਵੇਖਣ ਨੂੰ ਮਿਲਣ ਜਿਹੜੇ ਹੁਣ ਨੇ, ਤਾਂ ਇਸ ਟਾਈਮ ਤੁਹਾਨੂੰ ਜ਼ਰੂਰ ਅਪਲਾਈ ਕਰਨਾ ਚਾਹੀਦਾ। ਬਟ ਇਸ ਕੰਡੀਸ਼ਨ 'ਚ ਹੀ ਅਪਲਾਈ ਕਰਿਓ ਜੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈਗੀ ਹੈ। ਜੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਨਹੀਂ ਹੈ, ਦੈਨ ਤੁਹਾਨੂੰ ਅਪਲਾਈ ਨਹੀਂ ਕਰਨਾ ਚਾਹੀਦਾ। ਉਮੀਦ ਕਰਦੇ ਹਾਂ ਇਹ ਅਪਡੇਟਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਹੋਏਗੀ। ਜੇ ਅਪਡੇਟ ਇੰਪੋਰਟੈਂਟ ਹੈ ਤਾਂ ਐਵੇਂ ਦੀ ਹੋਰ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।